ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡੇਵਾਲਾ ਤੇ ਦਮਦਮੀ ਟਕਸਾਲ ਵਿਚਕਾਰ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਤੇ ਇਸ ਦੇ ਨਾਲ ਹੀ ਕੁਝ ਹੋਰ ਸਿੱਖ ਪ੍ਰਚਾਰਕ ਵੀ ਢੱਡੇਵਾਲਾ ਦਾ ਵਿਰੋਧ ਕਰਦੇ ਨੇ ਤੇ ਇਸ ਦੇ ਚੱਲਦੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ 'ਚ ਉਹਨਾਂ ਨੇ ਕਿਹਾ ਕਿ ਢੱਡੇਵਾਲਾ ਕੋਈ ਪੰਥ ਦੀ ਅਥਾਰਟੀ ਨਹੀਂ ਇਸ ਕਰਕੇ ਭਾਈ ਰਣਜੀਤ ਸਿੰਘ ਢੱਡੇਵਾਲਾ ਦੀ ਗੱਲਾਂ ਨੂੰ ਤਵੱਜੋ ਦੇਣ ਦੀ ਜ਼ਰੂਰਤ ਨਹੀਂ ਇਸ ਦੇ ਨਾਲ ਹੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਭਾਈ ਢੱਡੇਵਾਲਾ ਨੇ ਲੋਕਡਾਊਨ ਤੋਂ ਪਹਿਲਾਂ ਅਤੇ ਬਾਅਦ ਗਲਤ ਬੋਲਿਆ ਉਸ 'ਤੇ ਗੌਰ ਕੀਤਾ ਜਾਵੇਗਾ ਅਤੇ ਨਾਲ ਹੀ ਕਿਹਾ ਕਿ 5 ਮੈਂਬਰੀ ਕਮੇਟੀ ਦੇ ਮੈਂਬਰ ਲੋਕਡਾਊਨ ਕਰਕੇ ਵਿਦੇਸ਼ਾਂ ਵਿੱਚ ਫਸੇ ਹੋਏ ਨੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਜਲਦ ਹੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ ਦੱਸ ਦਈਏ ਕਿ ਜਥੇਦਾਰ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਸੀ ਜਿੱਥੇ ਉਹਨਾਂ ਮੀਡੀਆ ਨਾਲ ਮੁਖਾਤਿਬ ਹੋਏ ਹੋਰ ਕਾਫੀ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਉਹਦੇ 'ਤੇ ਉਹ ਵਿਚਾਰ ਕਰ ਰਹੀ ਹੈ 2-3 ਮੀਟਿੰਗਾਂ ਵੀ ਉਹਨਾਂ ਨੇ ਕੀਤੀਆਂ ਨੇ ਅਤੇ ਉਹਨਾਂ ਦੇ ਆਉਣ ਤੋਂ ਬਾਅਦ ਜਿਹੜੇ ਕੁਝ ਮੈਂਬਰ ਉਹਨਾਂ ਦੇ ਵਿਦੇਸ਼ 'ਚ ਫਸੇ ਹੈ ਉਹ ਆਉਣਗੇ ਅਤੇ ਫਿਰ ਉਹਨਾਂ ਨੂੰ ਜਿਹੜਾ ਸਟ੍ਰਿਕਟਲੀ ਕਿਹਾ ਗਿਆ ਕਿ ਆਪਣੀ ਰਿਪੋਰਟ ਜਿਹੜੀ ਹੈ ਲੰਬਾ ਸਮਾਂ ਹੋ ਗਿਆ ਅਤੇ ਅਕਾਲ ਤਖਤ ਸਾਹਿਬ ਦੀ ਆਪਣੀ ਰਿਪੋਰਟ ਜਿਹੜੀ ਆ ਉਹ ਸਬਮਿਟ ਕਰਵਾਈ ਜਾਏ ਰਿਪੋਰਟ ਸਬਮਿਟ ਹੋਊਗੀ ਫਿਰ ਉਹਦੇ 'ਤੇ ਪੰਚ ਸਿੰਘ ਸਭਾ ਨੇ ਵੱਲੋਂ ਵਿਚਾਰ ਕੀਤੀ ਜਾਊਗੀ ਜਦੋਂ ਵਿਚਾਰ ਕੀਤੀ ਜਾਊਗੀ ਉਹ ਤੋਂ ਉਸ ਲੋਕਡਾਊਨ ਦੌਰਾਨ ਵੀ ਜਿਹੜੀਆਂ ਉਹਨਾਂ ਨੇ ਕੋਈ ਗਲਤ ਮਲਤ ਗੱਲਾਂ ਜੇ ਕਹੀਆਂ ਨੇ ਅਤੇ ਉਹਨਾਂ ਦੇ ਉੱਤੇ ਵੀ ਵਿਚਾਰ ਹੋਊ ਕਮੇਟੀ ਦੇ ਵਿੱਚੋਂ ਕੁਝ ਮੈਂਬਰ ਜਿਹੜੇ ਆ ਉਹ ਵਿਦੇਸ਼ ਦੇ ਵਿੱਚ ਲੋਕਡਾਊਨ ਦੇ ਦੌਰਾਨ ਫਸ ਗਏ ਹੈ ਅਤੇ ਹੁਣ ਜਦੋਂ ਇੰਟਰਨੈਸ਼ਨਲ ਫਲਾਈਟਾਂ ਚੱਲਦੀਆਂ ਉਹ ਆਉਂਦੇ ਆ ਅਤੇ ਉਹਨਾਂ ਨੂੰ ਕਿਹਾ ਹੋਇਆ ਕਿ ਜਲਦੀ ਹੀ ਰਿਪੋਰਟ ਜਿਹੜੀ ਹੈ ਉਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਬਮਿਟ ਕਰਵਾਈ ਜਾਵੇ ਅਤੇ ਜਦੋਂ ਹੀ ਰਿਪੋਰਟ ਆਉਂਦੀ ਹੈ ਉਹਦੇ 'ਤੇ ਤੁਰੰਤ ਪੰਥ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸੱਦ ਕੇ ਉਹਦੇ 'ਤੇ ਜਗਜੀਤ ਸਿੰਘ ਕੋਈ ਪੰਥ ਦੀ ਅਥਾਰਟੀ ਨਹੀਂ ਹੈ ਕਿ ਉਹਦੇ ਬਿਆਨਾਂ ਨੂੰ ਸਮੁੱਚਾ ਪੰਥ ਸੱਤ ਕਰਕੇ ਮੰਨੇ ਇਸ ਕਰਕੇ ਉਹਦੇ ਬਿਆਨਾਂ 'ਤੇ ਕੋਈ ਤਵੱਜੋ ਦੇਣ ਦੀ ਕੋਈ ਜ਼ਰੂਰਤ ਨਹੀਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਔਰ ਕੋਈ ਪੰਥ ਦੀ ਅਥਾਰਟੀ ਨਹੀਂ ਹੈ ਵੀ ਉਹਨੇ ਜਿਹੜੀ ਗੱਲ ਕਹਿ ਤੀ ਉਹ ਪੱਥਰ 'ਤੇ ਲਕੀਰੀ ਹੈ